ਸਤਿਕਾਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਦੇਸੋ ਪਰਦੇਸ ਤੇ ਮੈਂ ਤੁਹਾਡੇ ਨਾਲ ਤੁਹਾਡੀ ਆਪਣੀ ਸੁਖਦੀਪ ਕੌਰ ਅਸੀਂ ਅੱਜ ਗੱਲਬਾਤ ਕਰਾਂਗੇ ਕੈਨੇਡਾ ਸਟੱਡੀ ਵੀਜ਼ਾ ਬਾਰੇ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰਿਥੀਪਾਲ ਸਿੰਘ ਗਿੱਲ ਜੀ ਪ੍ਰਿਥੀਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਨਿੱਘਾ ਸਵਾਗਤ ਹੈ ਧੰਨਵਾਦ ਹਾਂਜੀ ਪ੍ਰਿਥੀਪਾਲ ਸਿੰਘ ਗਿੱਲ ਜੀ ਸਾਡੇ ਸਟੂਡੈਂਟਸ ਨੂੰ ਇਹ ਦੱਸਿਆ ਜਾਵੇ ਕਿ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਹੈ ਉਹ ਕਿਹੋ ਜਿਹਾ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਦੋ ਲੈਵਲ ਦਾ ਹੈ ਜਿਹਦੇ ਵਿੱਚ ਯੂਨੀਵਰਸਿਟੀਜ਼ ਅਤੇ ਕਾਲਜਿਸ ਆਉਂਦੇ ਹਨ ਕਾਲਜਿਸ ਫਰਦਰ ਕਮਿਊਨਿਟੀ ਕਾਲਜਿਸ ਹਨ ਜਿਹੜੇ ਕਿ ਗਵਰਨਮੈਂਟ ਫੰਡਡ ਹੁੰਦੇ ਹਨ ਅਤੇ ਪ੍ਰਾਈਵੇਟ ਕਾਲਜਿਸ ਹਨ ਕਾਲਜਿਸ ਸਰਟੀਫਿਕੇਟ ਡਿਪਲੋਮਾ ਐਡਵਾਂਸ ਡਿਪਲੋਮਾ ਜਾਂ ਡਿਗਰੀਜ਼ ਅਵਾਰਡ ਕਰਦੇ ਹਨ ਡਿਗਰੀਜ਼ ਅਵਾਰਡ ਕਰਨ ਵਾਲੇ ਕੁਛ ਹੀ ਕਾਲਜ ਹਨ ਜਦਕਿ ਯੂਨੀਵਰਸਿਟੀਜ਼ ਆਮ ਤੌਰ 'ਤੇ ਡਿਗਰੀਜ਼ ਜਾਂ ਡਿਪਲੋਮਾਜ਼ ਅਵਾਰਡ ਕਰਦੀਆਂ ਹਨ ਆਮ ਦੇਖਣ ਦੇ ਵਿੱਚ ਜਿਹੜੀ ਗੱਲ ਆਈ ਹੈ ਉਹ ਇਹ ਹੈ ਕਿ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਸਟੱਡੀ ਦੇ ਵਾਸਤੇ ਕੈਨੇਡਾ ਨੂੰ ਕਿਉਂ ਚੂਜ਼ ਕਰਦੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਇੱਕ ਬਹੁਤ ਹੀ ਹੌਟ ਡੈਸਟੀਨੇਸ਼ਨ ਹੈ ਜਿਸ ਫਾਰ ਐਜ਼ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਖਾਸ ਤੌਰ 'ਤੇ ਪੰਜਾਬ ਤੋਂ ਜਾਣ ਵਾਲੇ ਸਟੂਡੈਂਟਸ ਲਈ ਪਹਿਲੀ ਗੱਲ ਤਾਂ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੈ ਅਫੋਰਡੇਬਲ ਹੈ ਇੰਨਾ ਮਹਿੰਗਾ ਨਹੀਂ ਜਿੱਦਾਂ ਕਿ ਆਪਾਂ ਯੂ ਐੱਸ ਦੀ ਗੱਲ ਕਰੀਏ ਯੂ ਐੱਸ ਦੇ ਵਿੱਚ ਟਿਊਸ਼ਨ ਫੀਸ ਕਾਫੀ ਮਹਿੰਗੀ ਹੈ ਫਿਰ ਤੁਹਾਨੂੰ ਹਰ ਲੈਵਲ ਦਾ ਕੋਰਸ ਮਿਲ ਜਾਂਦਾ ਹੈ ਸਭ ਤੋਂ ਵੱਡੀ ਗੱਲ ਪੜ੍ਹਾਈ ਖਤਮ ਹੋਣ ਤੋਂ ਬਾਅਦ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ ਕਿ ਤੁਸੀਂ ਕੁਛ ਹੋਰ ਸਮਾਂ ਕੈਨੇਡਾ ਵਿੱਚ ਰਹਿ ਸਕਦੇ ਹੋ ਰਹਿ ਕੇ ਕੰਮ ਕਰ ਸਕਦੇ ਹੋ ਅਤੇ ਪੀਆਰ ਹਾਸਲ ਕਰ ਸਕਦੇ ਹੋ ਸਰ ਇੱਕ ਟਰਮ ਹੈ ਐਸਪੀਪੀ ਐਸਪੀਪੀ ਕੀ ਹੈ ਤੇ ਇਹਦੀ ਕੀ ਰਿਕੁਆਇਰਮੈਂਟਸ ਨੇ ਐਸਪੀਪੀ ਸਟੂਡੈਂਟ ਪਾਰਟਨਰ ਪ੍ਰੋਗਰਾਮ ਹੈ ਜਿਹੜਾ ਕਿ ਸਪੈਸ਼ਲੀ ਚਾਈਨਾ ਅਤੇ ਇੰਡੀਆ ਲਈ ਸ਼ੁਰੂ ਕੀਤਾ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਕੁਛ ਚੁਣਿੰਦਾ ਕਾਲਜਿਸ ਨੂੰ ਅਖਤਿਆਰ ਦਿੱਤੇ ਗਏ ਹਨ ਕਿ ਉਹ ਡਾਇਰੈਕਟ ਕੈਂਡੀਡੇਟਸ ਨੂੰ ਚੂਜ਼ ਕਰ ਸਕਦੇ ਹਨ ਅਤੇ ਕੈਂਡੀਡੇਟਸ ਨੂੰ ਫਾਈਨੈਂਸ਼ੀਅਲ ਡਾਕੂਮੈਂਟਸ ਬਹੁਤ ਸਾਰੇ ਨਹੀਂ ਦਿਖਾਉਣੇ ਪੈਂਦੇ ਜੋ ਕਿ ਆਮ ਪਹਿਲਾਂ ਦਿਖਾਉਣੇ ਪੈਂਦੇ ਸੀਗੇ ਅਤੇ ਨਾਲ ਦੀ ਨਾਲ ਐੱਸ ਪੀ ਪੀ ਦੇ ਵਿੱਚ ਆਇਲਸ ਦੀ ਰਿਕੁਆਇਰਮੈਂਟ ਹੈ 6 ਬੈਂਡ ਜੀ 5.5 ਬੈਂਡ ਤੋਂ ਘੱਟ ਕਿਸੇ ਵੀ ਸੈਕਸ਼ਨ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਤੁਹਾਡੇ 12ਵੀਂ ਜਾਂ ਗ੍ਰੈਜੂਏਸ਼ਨ ਦੇ ਵਿੱਚ ਘੱਟੋ ਘੱਟ 50% ਨੰਬਰ ਹੋਣੇ ਚਾਹੀਦੇ ਹਨ ਜਿਵੇਂ ਸਰ ਤੁਸੀਂ ਗੱਲ ਕੀਤੀ ਹੈ ਕਿ 6+ ਬੈਂਡ ਹੀ ਹੋਣੇ ਚਾਹੀਦੇ ਨੇ ਅਗਰ ਜੇ 6+ ਨਹੀਂ ਹੈਗੇ ਘੱਟ ਹੈਗੇ ਤਾਂ ਉਹਦੇ ਬਾਰੇ ਤੁਸੀਂ ਸਟੂਡੈਂਟਸ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਐੱਸ ਪੀ ਪੀ ਦੇ ਵਿੱਚ ਤੁਹਾਡੇ ਅਗਰ ਇੱਕ ਕਿਸੇ ਸੈਕਸ਼ਨ ਦੇ ਵਿੱਚ 5.5 ਹੈਗੇ ਤਾਂ ਤੁਸੀਂ ਕੁਆਲੀਫਾਈ ਕਰਦੇ ਹੋ ਓਵਰਆਲ ਤੁਹਾਡੇ 6 ਹੋਣੇ ਚਾਹੀਦੇ ਨੇ ਪਰ ਅਗਰ ਤੁਹਾਡੇ ਕਿਸੇ ਸੈਕਸ਼ਨ 'ਚ 5.5 ਨਹੀਂ ਹੈਗੇ ਘੱਟ ਹਨ ਤਾਂ ਵੀ ਤੁਹਾਡੇ ਲਈ ਕੈਨੇਡਾ ਜਾਣ ਦੇ ਕਈ ਮੌਕੇ ਹਨ ਅਸੀਂ ਨੋਨ ਐੱਸ ਪੀ ਪੀ ਜਿਹਨੂੰ ਜਨਰਲ ਕੈਟਾਗਰੀ ਕਹਿੰਦੇ ਉਹਦੇ ਵਿੱਚ ਅਪਲਾਈ ਕਰ ਸਕਦੇ ਹਾਂ ਇਹ ਲੋਕਾਂ ਨੂੰ ਵਹਿਮ ਹੈ ਕਿ ਜਨਰਲ ਕੈਟਾਗਰੀ ਦੇ ਵਿੱਚ ਵੀਜ਼ਾਜ਼ ਨਹੀਂ ਮਿਲਦੇ ਮੈਂ ਇੱਥੇ ਦਰਸ਼ਕਾਂ ਨੂੰ ਸਾਫ਼ ਦੱਸਣਾ ਚਾਹੁੰਦਾ ਹਾਂ ਕਿ ਜਨਰਲ ਕੈਟਾਗਰੀਜ਼ ਦੇ ਵਿੱਚ ਵੀ ਬਹੁਤ ਸਾਰੇ ਵੀਜ਼ੇ ਆਉਂਦੇ ਹਨ ਔਰ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ 6 ਬੈਂਡ ਨਹੀਂ ਹਨ ਉਹਨਾਂ ਨੂੰ ਵੀ ਵੀਜ਼ੇ ਮਿਲਦੇ ਹਨ ਸਰ ਕੈਨੇਡਾ ਦੇ ਵਿੱਚ ਜਿਹੜਾ ਯੂਨੀਵਰਸਿਟੀ ਔਰ ਕਾਲਜਿਸ ਹੈ ਉਹਦੇ ਵਿੱਚ ਕੀ ਡਿਫਰੈਂਸ ਹੈ ਕੈਨੇਡਾ ਦੇ ਵਿੱਚ ਜਿਹੜੀ ਯੂਨੀਵਰਸਿਟੀਜ਼ ਨੇ ਉਹ ਆਮ ਤੌਰ 'ਤੇ ਰਿਸਰਚ ਲਈ ਬਣਾਈਆਂ ਗਈਆਂ ਸਨ ਇੱਕ ਵੱਡਾ ਡਿਫਰੈਂਸ ਇਹ ਹੈ ਕਿ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ ਸਟੂਡੈਂਟ ਅਤੇ ਟੀਚਰ ਦੀ ਰੇਸ਼ੀਓ ਘੱਟ ਨਹੀਂ ਹੁੰਦੀ ਸਟੂਡੈਂਟ ਟੀਚਰ ਨਾਲ ਇੰਨਾ ਕਲੋਜ਼ ਨਹੀਂ ਹੁੰਦਾ ਜਿਹੜੀ ਐਜੂਕੇਸ਼ਨ ਹੈ ਜ਼ਿਆਦਾ ਥਰੈਟੀਕਲ ਹੁੰਦੀ ਹੈ ਜਦਕਿ ਕਾਲਜਿਸ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਇਹ ਇੰਡਸਟਰੀ ਓਰੀਐਂਟਡ ਹੁੰਦੀ ਹੈ ਮੀਨਸ ਇੰਡਸਟਰੀ ਨੂੰ ਦੇਖ ਕੇ ਬਣਾਈ ਗਈ ਹੈ ਇਹ ਪ੍ਰੋਗਰਾਮ ਇਹੋ ਜਿਹੇ ਹਨ ਜਿਹੜੇ ਡਾਇਰੈਕਟਲੀ ਤੁਹਾਨੂੰ ਜੋਬ ਲਈ ਕੁਆਲੀਫਾਈ ਕਰ ਦਿੰਦੇ ਹਨ ਪੜ੍ਹਨ ਤੋਂ ਬਾਅਦ ਤੁਹਾਨੂੰ ਜੋਬ ਲੈਣੀ ਬਹੁਤ ਆਸਾਨ ਹੋ ਜਾਂਦੀ ਹੈ ਸਟੂਡੈਂਟ ਅਤੇ ਟੀਚਰ ਦਾ ਤਾਲਮੇਲ ਬਹੁਤ ਜ਼ਿਆਦਾ ਹੁੰਦਾ ਹੈ ਔਰ ਲੋਅਰ ਲੈਵਲ 'ਤੇ ਕਿਉਂਕਿ ਜੋਬਸ ਬਹੁਤ ਅਵੇਲੇਬਲ ਹਨ ਅਤੇ ਜਿਹੜੀ ਕਾਲਜ ਦੀ ਐਜੂਕੇਸ਼ਨ ਹੈ ਉਹ ਸਾਡੇ ਸਟੂਡੈਂਟ ਲਈ ਖਾਸ ਤੌਰ 'ਤੇ ਬਹੁਤ ਫਾਇਦੇਮੰਦ ਹੁੰਦੀ ਹੈ ਸਰ ਕਾਲਜਿਸ ਦੀ ਜਿਹੜੀ ਐਜੂਕੇਸ਼ਨ ਹੈ ਯੂਨੀਵਰਸਿਟੀ ਦੇ ਅਕੋਰਡਿੰਗ ਕੀ ਹੈਗੀ ਹੈ ਉਹਦੇ ਬਾਰੇ ਤੁਸੀਂ ਕੀ ਫਰਕ ਦੱਸੋਗੇ ਅਗਰ ਤੁਹਾਡੇ ਕੁਐਸਚਨ ਇਹ ਹੈ ਕਿ ਕੀ ਕਾਲਜ ਦੀ ਐਜੂਕੇਸ਼ਨ ਯੂਨੀਵਰਸਿਟੀ ਦੀ ਐਜੂਕੇਸ਼ਨ ਨਾਲੋਂ ਘੱਟ ਹੈ ਕਿਸੇ ਤਰੀਕੇ ਨਾਲ ਅਤੇ ਮੈਂ ਇੱਥੇ ਦਰਸ਼ਕਾਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਆਮ ਤੌਰ ਸਾਡੇ ਵਿੱਚ ਇਹ ਧਾਰਨਾ ਹੈ ਕਿ ਯੂਨੀਵਰਸਿਟੀ ਦੀ ਐਜੂਕੇਸ਼ਨ ਬਹੁਤ ਉੱਚੀ ਹੁੰਦੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਯੂਨੀਵਰਸਿਟੀ ਦੀ ਐਜੂਕੇਸ਼ਨ ਹਾਇਰ ਹੁੰਦੀ ਹੈ ਪਰ ਜਿਹੜੀ ਕੈਨੇਡੀਅਨ ਕਾਲਜ ਦੀ ਐਜੂਕੇਸ਼ਨ ਹੈ ਉਹਦੀ ਕੁਆਲਿਟੀ ਬਹੁਤ ਹਾਈ ਹੁੰਦੀ ਹੈ ਇਹ ਰੀਸੈਂਟਲੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੈਨੇਡਾ ਗਏ ਸੀਗੇ ਉੱਥੇ ਉਹਨਾਂ ਨੇ 13 ਪੜ੍ਹਾਈ ਲਈ MOU ਸਾਈਨ ਕੀਤੇ 12 ਕਾਲਜਿਸ ਦੇ ਨਾਲ ਜਿਨ੍ਹਾਂ ਵਿੱਚ ਕੋਈ ਯੂਨੀਵਰਸਿਟੀ ਨਹੀਂ ਹੈਗੀ ਉਹ ਸਾਰੇ ਉਹੀ ਕਾਲਜਿਸ ਨੇ ਜਿਹੜੇ ਆਮ ਪਾਪੂਲਰ ਸੈਨਿਕਾ ਫੈਨਸ਼ੋ ਫਲੈਮਿੰਗ ਉਹੀ ਕਾਲਜ ਨੇ ਸਾਡੀ ਔਰਗਨਾਈਜੇਸ਼ਨ ਹੈ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਉਹਦੇ ਨਾਲ ਉਹਨਾਂ ਨੇ ਇਹ MOU ਸਾਈਨ ਕੀਤੇ ਹਨ ਜਿਹਦੇ ਵਿੱਚ ਸਾਡੇ 50 ਕਰੋੜ ਬੰਦਿਆਂ ਨੂੰ 2022 ਤੱਕ ਸਕਿੱਲ ਡਿਵੈਲਪਮੈਂਟ ਦਿੱਤੀ ਜਾਊਗੀ ਥਰੂ ਦੀਜ਼ ਕੈਨੇਡੀਅਨ ਕਾਲਜਿਸ ਅਤੇ ਤੁਸੀਂ ਖੁਦ ਜਜਮੈਂਟ ਲਗਾ ਸਕਦੇ ਹੋ ਕਿ ਕੈਨੇਡਾ ਦੇ ਜਿਹੜੇ ਕਾਲਜ ਨੇ ਉਹ ਕਿੰਨੇ ਰਿਪਿਊਟਡ ਹਨ ਉਹ ਕਿੰਨੇ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਨ
ਅਕਸਰ ਇੱਕ ਧਾਰਨਾ ਬਣੀ ਹੋਈ ਹੈ ਜਿੱਦਾਂ ਇੰਡੀਆ ਦੇ ਸਟੂਡੈਂਟ ਸੋਚਦੇ ਨੇ ਇੰਡੀਆ ਦੇ ਵਿੱਚ ਸਮੈਸਟਰ ਸਿਸਟਮ ਦੀ ਡਿਊਰੇਸ਼ਨ 6 ਮੰਥ ਹੈ ਕੀ ਕੈਨੇਡਾ ਦੇ ਵਿੱਚ ਵੀ ਸਮੈਸਟਰ ਸਿਸਟਮ ਦੀ ਡਿਊਰੇਸ਼ਨ ਜਿਹੜੀ 6 ਮੰਥ ਹੀ ਹੈ ਆਮ ਤੌਰ ਤੇ ਇਹ ਧਾਰਨਾ ਹੈ ਕਿ ਅਗਰ ਅਸੀਂ ਇੱਕ ਸਮੈਸਟਰ ਦੀ ਟਿਊਸ਼ਨ ਫੀ ਪੇ ਕਰਦੇ ਹਾਂ ਤੇ ਦੂਜੀ ਫੀ ਸਾਨੂੰ 6 ਮਹੀਨਿਆਂ ਬਾਅਦ ਪੇ ਕਰਾਣੀ ਹੈ ਮੈਂ ਇੱਥੇ ਦਰਸ਼ਕਾਂ ਨੂੰ ਕਲੀਅਰ ਕਰ ਦਵਾਂ ਕਿ ਕੈਨੇਡਾ ਦਾ ਜਿਹੜਾ ਸਮੈਸਟਰ ਸਿਸਟਮ ਹੈ ਉਹ ਸਿਰਫ 4 ਮਹੀਨੇ ਦਾ ਹੁੰਦਾ ਹੈ ਠੀਕ ਹੈ ਨਾ ਤੇ 3 ਸਮੈਸਟਰਸ ਹੁੰਦੇ ਹਨ ਸਪਟੰਬਰ ਜਨਵਰੀ ਤੇ ਮਈ ਦੇ ਵਿੱਚ ਸਰ ਪੋਸਟ ਵਰਕ ਸਟੱਡੀ ਪਰਮਿਟ ਉਹ ਕੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪੋਸਟ ਸਟੱਡੀ ਵਰਕ ਪਰਮਿਟ ਇੱਕ ਇਹੋ ਜਿਹੀ ਫੈਸਿਲਿਟੀ ਹੈ ਜਿਹੜੀ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੀ ਜਾਂਦੀ ਹੈ ਉਹ ਤੁਹਾਡਾ ਕੋਰਸ ਖਤਮ ਹੋਣ ਤੋਂ ਬਾਅਦ ਹੀ ਤੁਹਾਨੂੰ ਮਿਲਦੀ ਹੈ ਉਹਦੀ ਡਿਊਰੇਸ਼ਨ ਆਮ ਤੌਰ 'ਤੇ ਤੁਹਾਡੇ ਕੋਰਸ ਦੀ ਡਿਊਰੇਸ਼ਨ ਜਿੰਨੀ ਹੀ ਹੁੰਦੀ ਹੈ ਕਹਿਣ ਦਾ ਮਤਲਬ ਅਗਰ 1 ਸਾਲ ਦਾ ਕੋਰਸ ਹੈ ਤਾਂ ਤੁਸੀਂ 1 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੀ ਲੈ ਸਕਦੇ ਹੋ ਅਗਰ 2 ਸਾਲ ਦਾ ਕੋਰਸ ਹੈ ਤਾਂ 2 ਸਾਲ ਜਾਂ 3 ਸਾਲ 3 ਸਾਲ ਮੈਕਸੀਮਮ ਡਿਊਰੇਸ਼ਨ ਹੁੰਦੀ ਹੈ ਮੈਂ ਇੱਥੇ ਵੀ ਗੱਲ ਕਲੀਅਰ ਕਰ ਦਵਾਂ ਕਿ ਇਹ ਸਟੱਡੀ ਪਰਮਿਟ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਹੈ ਇਹ ਪੂਰੀ ਲਾਈਫ ਦੇ ਵਿੱਚ ਤੁਸੀਂ ਇੱਕੋ ਵਾਰ ਲੈ ਸਕਦੇ ਹੋ ਬਾਰ ਬਾਰ ਤੁਸੀਂ ਨਹੀਂ ਉਹਦੇ ਅਪਲਾਈ ਕਰ ਸਕਦੇ ਉਹਦੇ ਕਾਨੂੰਨ ਹਨ ਕਿ ਤੁਸੀਂ ਫੁੱਲ ਟਾਈਮ ਸਟੂਡੈਂਟ ਹੋਣਾ ਚਾਹੀਦੇ ਹੋ ਤੁਸੀਂ ਆਪਦਾ ਕੋਰਸ ਪਾਸ ਕਰੋ ਜਿੱਥੇ ਤੁਸੀਂ ਕੋਈ ਜੁਆਇਨ ਕਰੋ ਤੋ ਅਤੇ ਉਹਦੇ 'ਚ ਇੱਕ ਐਡਵਾਂਟੇਜ ਇਹ ਹੈ ਕਿ ਤੁਸੀਂ ਕੈਨੇਡੀਅਨ ਵਰਕ ਐਕਸਪੀਰੀਅੰਸ ਲੈ ਕੇ ਤੁਸੀਂ PR ਲਈ ਐਲੀਜੀਬਲ ਹੋ ਸਕਦੇ ਹੋ ਸਰ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ ਕਿ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਕੋਰਸ ਹੈਗੇ ਨੇ ਉਹ ਕਿਹੜੇ ਕਿਹੜੇ ਨੇ ਕੈਨੇਡਾ ਦੇ ਵਿੱਚ ਹਰ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਹਨ ਚਾਹੇ ਉਹ ਆਰਟਸ ਗ੍ਰੈਜੂਏਟ ਆਰਟਸ ਦਾ ਸਟੂਡੈਂਟ ਹੋਵੇ ਜਾਂ ਕਾਮਰਸ ਦਾ ਹੋਵੇ ਨੋਨ ਮੈਡੀਕਲ ਦਾ ਹੋਵੇ ਆਰਟਸ ਵਾਲੇ ਲਈ ਆਰਟਸ ਦੀਆਂ ਐਸੋਸੀਏਟ ਡਿਗਰੀਜ਼ ਡਿਪਲੋਮਾਜ਼ ਜਿਹ 'ਚ ਸਪੈਸ਼ਲਾਈਜ਼ਡ ਕੋਰਸਿਸ ਵੀ ਹਨ ਸਾਈਕੋਲੋਜੀ ਸੋਸ਼ੀਓਲੋਜੀ ਸੋਸ਼ਲ ਵਰਕਰ ਕਾਮਰਸ ਗ੍ਰੈਜੂਏਟ ਲਈ ਤੁਸੀਂ ਲਗਾਓ ਬਿਜ਼ਨਸ ਦੇ ਕੋਰਸਿਸ ਉਹਨਾਂ ਵਿੱਚ ਅਕਾਊਂਟਿੰਗ ਦੀ ਮੈਨੇਜਮੈਂਟ ਦੀ ਸਪੈਸ਼ਲਾਈਜੇਸ਼ਨ ਹੈ ਨੋਨ ਮੈਡੀਕਲ ਸਟੂਡੈਂਟਸ ਲਈ ਇੰਜੀਨੀਅਰਿੰਗ ਦੇ ਕੋਰਸਿਸ ਹਨ ਬਹੁਤ ਤਰ੍ਹਾਂ ਦੇ IT ਰਿਲੇਟਡ ਬਹੁਤ ਤਰ੍ਹਾਂ ਦੇ ਕੋਰਸਿਸ ਹਨ ਅਤੇ ਇਸ ਤੋਂ ਇਲਾਵਾ ਮੈਡੀਕਲ ਸਟੂਡੈਂਟ ਲਈ ਵੀ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹਨ ਸਰ ਸਪੈਸੀਫਿਕ ਕੋਰਸਿਸ ਕੀ ਹੈਗੇ ਨੇ ਕੈਨੇਡਾ ਦੇ ਵਿੱਚ ਅਤੇ ਇਹਦੇ ਵਾਸਤੇ ਕੀ ਕੀ ਰਿਕੁਆਇਰਮੈਂਟਸ ਨੇ ਕੈਨੇਡਾ ਦੇ ਵਿੱਚ ਸਪੈਸੀਫਿਕ ਕੋਰਸਿਸ ਦੀ ਸਪੈਸੀਫਿਕ ਰਿਕੁਆਇਰਮੈਂਟ ਹੈ ਮੈਕਸੀਮਮ ਕੋਰਸਿਸ ਵਿੱਚ ਮੈਥਾਮੈਟਿਕਸ ਇੱਕ ਬਹੁਤ ਵੱਡੀ ਰਿਕੁਆਇਰਮੈਂਟ ਹੁੰਦੀ ਹੈ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਊਗੀ ਕਿ ਈਵਨ ਮੈਡੀਕਲ ਫੀਲਡ ਵਿੱਚ ਵੀ ਮੈਥਾਮੈਟਿਕਸ ਇੱਕ ਮੇਜਰ ਰਿਕੁਆਇਰਮੈਂਟ ਹੈ ਅਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਸ਼ਿਸ਼ ਕਰਨ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹਦਾ ਮੈਥਾਮੈਟਿਕਸ ਉਹਦਾ ਇੱਕ ਸਬਜੈਕਟ ਹੋਵੇ 10ਵੀਂ ਤੋਂ ਬਾਅਦ ਤਾਂ ਕਿ ਉਹਨੂੰ ਅੱਗੇ ਕੋਰਸਿਸ ਚੂਜ਼ ਕਰਨ ਦੇ ਵਿੱਚ ਆਸਾਨੀ ਹੋਵੇ ਸਰ ਕੋਆਪ ਐਜੂਕੇਸ਼ਨ ਕੀ ਹੈ ਕੋਆਪ ਇੱਕ ਉਹ ਐਜੂਕੇਸ਼ਨ ਹੈ ਜਿਹਦੇ ਵਿੱਚ ਸਟੂਡੈਂਟ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਕੰਮ ਕਰਨ ਦਾ ਮੌਕਾ ਮਿਲਦਾ ਹੈ ਬਹੁਤ ਸਾਰੇ ਕਾਲਜਿਜ਼ ਇਹੋ ਜਿਹੇ ਕੋਰਸਿਸ ਆਫਰ ਕਰਦੇ ਹਨ ਜਿਹਦੇ ਵਿੱਚ 1 ਜਾਂ 2 ਸਮੈਸਟਰ ਤੁਹਾਡੇ ਕੰਮ ਕਰਨ ਦੇ ਵੀ ਹੁੰਦੇ ਹਨ ਕਹਿਣ ਦਾ ਮਤਲਬ ਤੁਹਾਨੂੰ ਤੁਹਾਡੀ ਪੜ੍ਹਾਈ ਦੇ ਰਿਲੇਟਡ ਹੀ ਜੋਬ ਦਿੱਤੀ ਜਾਂਦੀ ਹੈ ਔਰ ਤੁਹਾਨੂੰ ਇੱਕ ਕੈਨੇਡੀਅਨ ਵਰਕ ਐਕਸਪੀਰੀਅੰਸ ਹੋ ਜਾਂਦਾ ਹੈ ਪੜ੍ਹਾਈ ਦੇ ਨਾਲ ਨਾਲ ਜਿਹੜਾ ਤੁਹਾਨੂੰ ਨਾ ਸਿਰਫ ਅੱਗੇ ਜੋਬ ਲੈਣ 'ਚ ਮਦਦ ਕਰਦਾ ਹੈ ਬਲਕਿ ਤੁਹਾਨੂੰ ਪੱਕੀ ਰਿਹਾਇਸ਼ ਲੈਣ ਵਿੱਚ ਵੀ ਮਦਦ ਕਰਦਾ ਹੈ ਸਰ ਇਹ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਸਟੂਡੈਂਟਸ ਦੇ ਜਿਹੜੇ ਵੀਜ਼ਾ ਨੇ ਰਿਫਿਊਜ਼ ਹੋ ਜਾਂਦੇ ਨੇ ਕੀ ਸਟੂਡੈਂਟਸ ਫਿਰ ਤੋਂ ਅਪਲਾਈ ਕਰ ਸਕਦੇ ਨੇ ਹਾਂਜੀ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੀ ਰਿਫਿਊਜ਼ਲ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਹੋ ਗਏ ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਕੇਸਿਸ ਹਨ ਜਿੱਥੇ ਅਸੀਂ ਸੈਕਿੰਡ ਟਾਈਮ ਜਾਂ ਥਰਡ ਅਟੈਂਪਟ ਦੇ ਵਿੱਚ ਰਿਫਿਊਜ਼ ਕੇਸਿਸ ਦੇ ਵੀਜ਼ੇ ਲਗਵਾਏ ਹਨ ਮੈਂ ਰਿਕੁਐਸਟ ਕਰਦਾ ਹਾਂ ਕਿ ਦਰਸ਼ਕ ਸਾਨੂੰ ਆ ਕੇ ਮਿਲਣ ਹਰ ਰਿਫਿਊਜ਼ਲ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਇੱਕ ਵਾਰ ਅਸੀਂ ਕਾਰਨ ਜਾਂਚ ਲਈਏ ਅਤੇ ਅਸੀਂ ਫਿਰ ਉਹਨੂੰ ਡੈਫੀਨੇਟਲੀ ਦੁਬਾਰਾ ਅਪਲਾਈ ਕਰ ਸਕਦੇ ਹਾਂ ਸਰ ਤੁਸੀਂ ਵੀ ਕੈਨੇਡਾ ਤੋਂ ਹੀ ਪੜ੍ਹੇ ਹੋਏ ਹੋ ਕੀ ਤੁਹਾਨੂੰ ਲੱਗਦਾ ਕਿ ਸਟੂਡੈਂਟਸ ਦਾ ਜਿਹੜਾ ਏਮ ਹੈ ਉਹ ਵੀਜ਼ਾ ਲੈਣਾ ਹੀ ਹੁੰਦਾ ਸੁਖਦੀਪ ਜੀ ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਇੱਥੇ ਆਮ ਤੌਰ 'ਤੇ ਸਟੂਡੈਂਟ ਦੀ ਇਹ ਧਾਰਨਾ ਹੈ ਕਿ ਅਗਰ ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਤਾਂ ਸ਼ਾਇਦ ਮੈਨੂੰ ਸਭ ਕੁਝ ਹੀ ਮਿਲ ਗਿਆ ਮੇਰੇ ਲਈ ਸਾਰੇ ਰਸਤੇ ਖੁੱਲ੍ਹ ਗਏ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਡਾ ਏਮ ਸਿਰਫ ਵੀਜ਼ਾ ਲੈਣਾ ਨਹੀਂ ਹੋਣਾ ਚਾਹੀਦਾ ਤੁਹਾਡਾ ਏਮ ਹੋਣਾ ਚਾਹੀਦਾ ਕਿ ਤੁਸੀਂ ਉੱਥੇ ਜਾ ਕੇ ਪੜ੍ਹੋ ਔਰ ਤੁਸੀਂ ਇਹੋ ਜਿਹੀ ਪੜ੍ਹਾਈ ਚੂਜ਼ ਕਰੋ ਜਿਹਦਾ ਤੁਹਾਨੂੰ ਉੱਥੇ ਆ ਕੇ ਫਾਇਦਾ ਹੋਵੇ ਕੱਲ੍ਹ ਨੂੰ ਤੁਸੀਂ ਜੋਬ ਲਓ ਅਗਰ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਤੁਹਾਡੇ ਲਈ ਕੱਲ੍ਹ ਉੱਥੇ PR ਲੈਣੀ ਜਾਂ ਪੱਕੀ ਰਿਹਾਇਸ਼ ਲੈਣੀ ਬਹੁਤ ਮੁਸ਼ਕਲ ਕੰਮ ਹੈ 3 ਲੱਖ ਤੋਂ ਵੱਧ ਸਟੂਡੈਂਟ ਕੈਨੇਡਾ ਵਿੱਚ ਹਰ ਸਾਲ ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਹਨ ਔਰ PR ਬਹੁਤ ਕੁਛ ਹਜ਼ਾਰਾਂ ਵਿੱਚ ਹੀ ਦਿੱਤੀ ਜਾਂਦੀ ਹੈ ਅਤੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਨਹੀਂ ਕਰੋਗੇ ਤੁਹਾਡੇ ਲਈ ਅੱਗੇ ਜਾ ਕੇ ਰਾਸਤੇ ਕਾਫੀ ਕਠਿਨ ਹੋ ਜਾਣਗੇ ਪ੍ਰਿਥੀਪਾਲ ਜੀ ਸਟੂਡੈਂਟਸ ਦੇ ਵਾਸਤੇ ਜਿਹੜੇ ਇਨਟੇਕ ਹੈਗੀ ਹੈ ਕੈਨੇਡਾ ਸਟੱਡੀ ਵੀਜ਼ਾ ਵਾਸਤੇ ਉਹ ਕੀ ਹੈ ਹੁਣ ਜਿਹੜੀ ਕਮਿੰਗ ਇਨਟੇਕ ਹੈ ਉਹ ਸਪਟੰਬਰ ਇਨਟੇਕ ਹੈ ਜਿਹੜੀ ਕਿ ਬਹੁਤ ਸਪੀਡ ਨਾਲ ਜਿੱਥੇ ਸੀਟਾਂ ਤੁਹਾਡੀਆਂ ਫੁੱਲ ਹੋ ਰਹੇ ਨੇ ਬਹੁਤ ਸਾਰੇ ਕੋਰਸਿਸ ਆਲਰੇਡੀ ਫੁੱਲ ਹੋ ਚੁੱਕੇ ਹਨ ਅਤੇ ਮੈਂ ਸਟੂਡੈਂਟਸ ਨੂੰ ਰਿਕੁਐਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਅਪਲਾਈ ਕਰਨ ਔਰ ਸਭ ਤੋਂ ਚੰਗੀ ਇਨਟੇਕ ਜਿਹੜੀ ਹੈ ਉਹ ਸਪਟੰਬਰ ਹੀ ਹੈ ਇਸ ਤੋਂ ਇਲਾਵਾ ਜਨਵਰੀ ਅਤੇ ਮਈ ਇਨਟੇਕ ਵੀ ਹਨ
ਜੀ ਸਰ, ਤੁਸੀਂ ਅਖੀਰ ਦੇ ਵਿੱਚ ਸਾਡੇ ਸਟੂਡੈਂਟਸ ਨੂੰ ਕੀ ਐਡਵਾਈਸ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਮੈਂ ਅਖੀਰ ਦੇ ਵਿੱਚ ਇਹ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਨੂੰ ਇਹ ਐਡਵਾਈਸ ਦੇਣਾ ਚਾਹੁੰਦਾ ਹਾਂ ਕਿ ਪਹਿਲੀ ਗੱਲ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਜਿਸ ਕੰਸਲਟੈਂਟ ਤੋਂ ਆਪਦੀ ਫਾਈਲ ਲਗਾ ਰਹੇ ਹੋ ਤੁਸੀਂ ਉਹਦੇ ਬਾਰੇ ਜਾਂਚ ਪੜਤਾਲ ਕਰੋ ਕਿ ਕੀ ਉਹ ਕੰਸਲਟੈਂਟ ਕੁਆਲੀਫਾਈਡ ਹੈ, ਕੀ ਉਹ ਇਮੀਗ੍ਰੇਸ਼ਨ ਲਾਅ ਨੂੰ ਸਮਝਦਾ ਹੈ, ਉਹਨੂੰ ਜਾਣਦਾ ਹੈ, ਕੀ ਉਹਨੂੰ ਸਟੂਡੈਂਟ ਵੀਜ਼ਾ ਦੀ ਨੌਲੇਜ ਹੈ। ਸਿਰਫ ਇਹ ਏਮ ਲੈ ਕੇ ਨਾ ਚੱਲੋ ਕਿ ਕੋਈ ਕੰਸਲਟੈਂਟ ਤੁਹਾਡੇ ਤੋਂ ਕੁਝ ਘੱਟ ਪੈਸੇ ਚਾਰਜ ਕਰ ਰਿਹਾ ਹੈ। ਇਹ ਤੁਹਾਡਾ ਏਮ ਸਿਰਫ ਤੁਹਾਡਾ ਫਾਈਲ ਅਪਲਾਈ ਕਰਕੇ ਵੀਜ਼ਾ ਲੈਣਾ ਨਹੀਂ ਹੋਣਾ ਚਾਹੀਦਾ। ਇੱਕ ਚੰਗਾ ਕੰਸਲਟੈਂਟ ਤੁਹਾਨੂੰ ਦੱਸ ਸਕਦਾ ਹੈ ਕਿ ਤੁਸੀਂ ਵੀਜ਼ਾ ਲੈਣ ਤੋਂ ਬਾਅਦ ਅੱਗੇ ਤੁਹਾਡੇ ਲਈ ਕੀ ਔਕੜਾਂ ਆਉਣਗੀਆਂ, ਤੁਸੀਂ ਉਸ ਔਕੜਾਂ ਨੂੰ ਕਿੱਦਾਂ ਸੋਲਵ ਕਰ ਸਕਦੇ ਹੋ, ਕਿਉਂਕਿ ਐਂਡ ਦੇ ਵਿੱਚ ਹਰ ਸਟੂਡੈਂਟ ਦਾ ਏਮ ਇਹ ਹੁੰਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕੈਨੇਡਾ ਵਿੱਚ ਜਾ ਕੇ ਪੀ ਆਰ ਲੈ ਲਵੇ ਔਰ ਪੱਕੀ ਤਰ੍ਹਾਂ ਨਾ ਸਥਾਪਿਤ ਹੋ ਜਾਵੇ। ਸਰ, ਤੁਹਾਡਾ ਸਰਟੀਫਾਈਡ ਕੰਸਲਟੈਂਟ ਤੋਂ ਕੀ ਮੀਨਿੰਗ ਹੈ? ਸਰਟੀਫਾਈਡ ਕਹਿਣ ਤੋਂ ਮੇਰਾ ਮੀਨਿੰਗ ਇਹ ਹੈ ਕਿ ਜਿਹੜੇ ICCRC ਦੇ ਮੈਂਬਰ ਹੁੰਦੇ ਹਨ ਇਹ ਕੰਸਲਟੈਂਟ ਇਮੀਗ੍ਰੇਸ਼ਨ ਲਾਅ ਕੁਆਲੀਫਾਈਡ ਹੁੰਦੇ ਹਨ, ਇਹਨਾਂ ਨੂੰ ਬਹੁਤ ਤਜ਼ਰਬਾ ਹੁੰਦਾ ਹੈ, ਇਹਨਾਂ ਨੂੰ ਰੈਗੂਲਰਲੀ ਪੜ੍ਹਾਇਆ ਜਾਂਦਾ ਹੈ। ICCRC ਦੀ ਮੈਂਬਰਸ਼ਿਪ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਵਾਰ ਲਾਇਸੈਂਸ ਲੈ ਲਿਆ ਅਤੇ ਸਦਾ ਲਈ ਲੈ ਲਿਆ, ਹਰ ਸਾਲ ਲਾਇਸੈਂਸ ਰਿਨਿਊ ਹੁੰਦਾ ਹੈ। ਉਸ ਲਾਇਸੈਂਸ ਨੂੰ ਰਿਨਿਊ ਕਰਾਉਣ ਲਈ ਤੁਹਾਨੂੰ ਹਰ ਸਾਲ ਅਪਡੇਟ ਰਹਿਣਾ ਪੈਂਦਾ ਹੈ, ਚਾਹੇ ਉਹ ਸਟੂਡੈਂਟ ਵੀਜ਼ਾ ਹੋਵੇ, ਚਾਹੇ ਕੋਈ ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੇ ਪ੍ਰੋਗਰਾਮ ਹਨ। ਸਭ ਤੋਂ ਵੱਡੀ ਗੱਲ, ਇਹ ਜਿਹੜੇ ਮੈਂਬਰ ਹੁੰਦੇ ਹਨ ਇਹ ਗੌਰਮੈਂਟ ਤੋਂ ਮਨਜ਼ੂਰਸ਼ੁਦਾ ਹੁੰਦੇ ਹਨ, ਇਹ ਰਿਲਾਇਬਲ ਹੁੰਦੇ ਹਨ, ਇਹ ਤੁਹਾਡੇ ਨਾਲ ਕੋਈ ਧੋਖਾਧੜੀ ਨਹੀਂ ਕਰਦੇ ਔਰ ਤੁਹਾਨੂੰ ਇੱਕ ਬਹੁਤ ਹੀ ਜੈਨੂਅਨ ਸਲਾਹ ਦਿੰਦੇ ਹਨ। ਹਾਂਜੀ ਪ੍ਰਿਥੀਪਾਲ ਜੀ, ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆਉਣ ਲਈ ਧੰਨਵਾਦ। ਮੇਰੇ ਵੱਲੋਂ ਵੀ ਧੰਨਵਾਦ। ਹਾਂਜੀ, ਤੁਸੀਂ ਜੇਕਰ ਤੁਹਾਡੇ ਮਾਈਂਡ ਦੇ ਵਿੱਚ ਫਿਰ ਤੋਂ ਕੋਈ ਵੀ ਕੁਐਸਚਨ ਉੱਠਦਾ ਹੈ, ਕੋਈ ਵੀ ਤੁਹਾਡੇ ਮਾਈਂਡ ਦੇ ਵਿੱਚ ਸ਼ੰਕਾ ਹੈਗੀ ਹੈ, ਉਸਨੂੰ ਮਿਟਾਉਣ ਦੇ ਵਾਸਤੇ ਉਹਦੇ ਆਨਸਰ ਪਾਉਣ ਦੇ ਵਾਸਤੇ ਤੁਸੀਂ ਸਕਰੀਨ 'ਤੇ ਲਿਖੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਹਾਂਜੀ, ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਸਟੱਡੀ ਵੀਜ਼ਾ ਬਾਰੇ ਬਹੁਤ ਸਾਰੇ ਕੁਐਸਚਨਸ ਦੇ ਆਨਸਰ ਡਿਸਕਸ ਕੀਤੇ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਸ ਰੂਲਸ ਐਂਡ ਰੈਗੂਲੇਸ਼ਨ ਜੋ ਵੀ ਸਰ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਦੱਸਿਆ ਉਹਦੇ 'ਤੇ ਜ਼ਰੂਰ ਅਮਲ ਕਰੋਗੇ। ਅਗਲੇ ਪ੍ਰੋਗਰਾਮ ਦੇ ਵਿੱਚ ਨਵੇਂ ਕੁਐਸਚਨ ਦੇ ਨਾਲ, ਨਵੇਂ ਆਨਸਰਸ ਦੇ ਨਾਲ ਤੁਹਾਡੇ ਰੂਬਰੂ ਫਿਰ ਤੋਂ ਹੋਵਾਂਗੇ। ਧੰਨਵਾਦ। ਇਸ ਪ੍ਰੋਗਰਾਮ ਦੇ ਪ੍ਰਯੋਜਕ ਸਨ ਕਿਸਾਨਾਂ ਦੀ ਖੁਸ਼ਹਾਲੀ ਲਈ ਜਪਾਨੀ ਤਕਨੀਕ ਸੇਫਟੈਕ ਹੈਂਡੀ ਰਿਪਰ।